मैं थोड़ा अपना होस्ट बाबा जी सेव हिस्टोरिकल प्लेसेस ऑफ पाकिस्तान सेव गुरुद्वारास एंड टेंपल्स ऑफ पाकिस्तान खालसा राज फुटस्टेप्स इन पाकिस्तान और खोरे सच संताली दे खोरे सच संताली दे लैके मैं अज पहुँचा वहाँ पिंड पंगाली च पिंड पंगाली अगर तुम पाकिस्तान का मैप देखते हो या वैसट पंजाब का मैप देखते हो तो लाहौर तो अगर तुम बरकी अड्यारा रोड के उत्ते आते हो तो डी एच ए स्कीम जी जड़ा फेज है तो सैवन और सिक्स नज़र आता है सैवन और सिक्स जड़ा पंगाली की जी जमीन है उन्होंने डिवेलप होया है डी एच ए जड़ा डी एच ए मुखफफ है डिफेंस हाउसिंग अथॉरिटी यानी कि कंटोनमेंट वालों आर्मी वालों जड़ियाँ के स्कीम शुरू की गई रेजिडेंशियल सिक्योर रेजिडेंशियल स्कीम ने उन्हों की एक समझ लो कि मेन ब्रांच जी है वह डी एच ए है वह सिक्स और सैवन जड़ा ब्लॉक है वह इतने आके शुरू होंगे है और यह इंसिस्टर्स लैंड बड़ी मज़े की गल है कि मैं तुम दसागा कि इंसिस्टर्स लैंड ऑफ सरदार जोत सिंह और उन्होंने वाले साहब जोड़े सन सरदार स्वरण सिंह और उन्होंने अगों जोड़े वाले साहब ने उन्होंने ना सरदार मसा सिंह और सरदार मसा सिंह जी के जोड़े फादर सन सरदार शाम सिंह संधू कॉमरेड जोड़े ने उस पंगाली दे आड़ी हुए ने और आड़ी का मतलब है कि सब तो वड्डी लैंड जी है पिंड की उन्हों की सी मेरे नाल बैठे हुए ने बजुर्ग मैं इन्हों का तारुफ करवाता चला और इस चीज़ के मुतलक मैं थोड़ा जिन्हें दसन गए पिंड ने किस तरीके नाल शहर की सूरत अख्तियार की और किस तरीके नाल यह जी कखा मुल जमीन सी आज लखा करोड़ा मुल हो गई ये पिछे की होया किस तरीके नाल होया वो सारा जड़ा मैं तुहानू इस वेले मैं सुनाना वा तुसी बुजुर्गो तुहाडा की नाम है मुहम्मद फारूक मुहम्मद फारूक तुसी बेसिकली कित्थे दे हो असी बेसिकली जी जिला हुशियारपुर अच्छा हुशियारपुर पिंड जड़ा है साडा बैगवाल छनिया ਬਿਗਵਾਲ ਛਨੀਆ ਬਿਗਵਾਲ ਛਨੀਆ ਸੀ ਉੱਥੋਂ ਮਾਈਗ੍ਰੇਟ ਹੋ ਕੇ ਇੱਥੇ ਆਏ ਜੀ ਠੀਕ ਹੈ ਜੀ ਅਤੇ ਤੁਹਾਡੀ ਕਿੰਨੀ ਉਮਰ ਹੈ ਇਸ ਵੇਲੇ ਜੀ ਮੇਰੀ ਇਸ ਟਾਈਮ ਡੇਟ ਸਰ 63 ਈਅਰ ਓਲਡ ਨੇ ਮਤਲਬ ਕਿ ਵੰਡ ਤੋਂ ਕਾਫੀ ਛੋਟੇ ਨੇ ਔਰ ਇਹਨਾਂ ਨੇ ਕਾਫੀ ਕੁਛ ਸੁਣ ਰੱਖਿਆ ਹੈ ਇੱਥੇ ਦੇ ਪੁਰਾਣੇ ਬਜ਼ੁਰਗਾਂ ਵੱਲੋਂ ਜਿਹੜੇ ਕਿ ਪੁਰਾਣੇ ਬਜ਼ੁਰਗ ਨੇ ਇੱਥੇ ਦੇ ਪਿੰਡ ਦੇ ਉਹਨਾਂ ਨੇ ਕਾਫੀ ਗੱਲਾਂ ਕੀਤੀਆਂ ਨੇ ਜਿਹੜੀਆਂ ਗੱਲਾਂ ਇਹਨਾਂ ਨੇ ਸੁਣੀਆਂ ਨੇ ਇਹਨਾਂ ਦੇ ਮੂੰਹੋਂ ਮੈਂ ਸੁਣਨਾ ਚਾਹਾਂਗਾ ਤੁਸੀਂ ਮੈਨੂੰ ਦੱਸੋ ਜੀ ਸਰਦਾਰ ਸ਼ਾਮ ਸਿੰਘ ਸਾਧੂ ਜਿਹੜੇ ਸਨ ਕਾਮਰੇਡ ਦੇ ਨਾਮ ਤੋਂ ਉੱਥੇ ਮਸ਼ਹੂਰ ਹੋਏ ਅਤੇ ਉਹਨਾਂ ਦੇ ਮਤਲਬ ਕੀ ਹੈ ਇੱਥੇ ਦੇ ਵੱਡੇ ਬਜ਼ੁਰਗ ਕੀ ਕਹਿੰਦੇ ਸਨ ਗੁਜ਼ਾਰਿਸ਼ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈਗਾ ਆਪਣੇ ਲਫਜ਼ਾਂ ਦੇ ਵਿੱਚ ਜਿਹੜੇ ਬਜ਼ੁਰਗਾਂ ਨੇ ਦੱਸੀ ਉਸ ਤੋਂ ਬਾਅਦ ਇਹ ਹੈ ਕਿ ਇਸ ਰੰਗ ਬਦਲਤੀ ਦੁਨੀਆ ਮੇਂ ਇਨਸਾਨ ਬਦਲਤੇ ਰਹਤੇ ਹੈ ਘਰ ਤੋਂ ਇੱਕ ਹੀ ਰਹਿਤਾ ਹੈ ਮਹਿਮਾਨ ਬਦਲਤੇ ਰਹਤੇ ਹੈ ਕੀ ਬਾਤ ਹੈ ਜੀ ਮਾਈਗ੍ਰੇਸ਼ਨ ਤੋਂ ਪਹਿਲਾਂ ਜਿਹੜੇ ਇੱਥੇ ਰਹਿਣ ਵਾਲੇ ਉਹ ਮਾਈਗ੍ਰੇਟ ਹੋ ਗਏ ਇੱਥੇ ਜਿੱਥੇ ਤੁਸੀਂ ਇਸ ਟਾਈਮ ਸਾਨੂੰ ਮਿਲੇ ਹੋ ਇੱਥੋਂ ਤਕਰੀਬਨ 4 ਕਿਲੋਮੀਟਰ ਜਿਹੜਾ ਹੈ ਜੀ ਉਹ ਚੜ੍ਹਦੇ ਵਾਲੇ ਪਾਸੇ ਜੀ ਸਰ ਇਹ ਸਰਦਾਰ ਹੋਣਾ ਦੀ ਜ਼ਮੀਨ ਸੀ 2 ਕਿਲੋਮੀਟਰ ਇੱਧਰ ਜਨਾਬ ਕੁਤਬ ਵਾਲੇ ਪਾਸੇ ਅਤੇ 6 ਕਿਲੋਮੀਟਰ ਦੱਖਣ ਵਾਲੇ ਪਾਸੇ ਅਤੇ 4 ਕਿਲੋਮੀਟਰ ਜਿਹੜਾ ਉਹ ਲਹਿੰਦੇ ਪਾਸੇ ਇਹਨਾਂ ਦਾ ਜੀ ਇਹ ਸਾਰਾ ਰਕਬਾ ਹੁੰਦਾ ਸੀ ਜੀ ਜਿਹਦੇ ਵਿੱਚ ਕਿ ਇੱਕ ਪੰਗਾਲੀ ਨਾਂ ਦੀ ਇਹਨਾਂ ਦੀ ਭੈਣ ਹੁੰਦੀ ਸੀ ਸਿਸਟਰ ਹੁੰਦੀ ਸੀ ਬੇਟੀ ਹੁੰਦੀ ਸੀ ਉਸਦੇ ਨਾਂ ਤੋਂ ਇਹ ਪਿੰਡ ਬਣਿਆ ਸੀ ਜੀ ਭਾਨ ਗਲੀ ਤੋਂ ਫਿਰ ਇਸ ਨੂੰ ਭੰਗਾਲੀ ਕਿਹਾ ਗਿਆ ਜਿਸ ਵੇਲੇ ਉਹ ਭੰਗਾਲੀ ਹੋਈ ਅੱਛਾ ਜੀ ਬਜ਼ੁਰਗਾਂ ਸਾਡਿਆਂ ਨੇ ਸਾਨੂੰ ਇਹਨਾਂ ਦੇ ਬਾਰੇ ਹੋਰ ਵੀ ਬਹੁਤ ਕੁਛ ਗੱਲਾਂ ਦੱਸੀਆਂ ਸਨ ਸਰਦਾਰ ਹੁੰਦੇ ਸਨ ਅਤੇ ਬੜੇ ਨਵਾਬ ਹੁੰਦੇ ਸੀ ਅਤੇ ਰਾਠ ਹੁੰਦੇ ਸੀਗੇ ਅਤੇ ਆੜੀ ਵੀ ਸਨ ਅਤੇ ਸਰਪੰਚ ਵੀ ਸਨ ਸਰਪੰਚ ਵੀ ਸਨ ਜੀ ਸਰਦਾਰ ਸ਼ਾਮ ਸਿੰਘ ਸਾਧੂ ਜੀ ਇੱਥੇ ਦੇ ਆੜੀ ਵੀ ਸਨ ਔਰ ਇੱਥੇ ਦੇ ਲੈਂਡ ਲਾਰਡ ਵੀ ਸੀ ਔਰ ਇੱਥੇ ਦੇ ਸਰਪੰਚ ਵੀ ਸਨ ਬੜੀ ਗੱਲ ਹੈ ਜੀ ਉਹ ਇੱਕ ਗੱਲ ਜਿਹੜੀ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੀ ਅੰਗਰੇਜ਼ ਦੇ ਵੇਲੇ ਦੀ ਸੁਣਿਆ ਕਿ ਜਦੋਂ ਕਬਜ਼ਾ ਕੀਤਾ ਉਹਨਾਂ ਨੇ ਲਾਹੌਰ ਦੇ ਉੱਤੇ ਅਤੇ ਫਿਰ ਜਿਹੜੀ ਹੈ ਉਹ ਸਰਦਾਰ ਉਹਨਾਂ ਕੋਲ ਬਗੈਰ ਦੱਸੇ ਜਿਹੜੀ ਫੌਜ ਆਈ ਹੈ ਉਹ ਅੰਗਰੇਜ਼ ਸਰਕਾਰ ਅਤੇ ਉਹਨੇ ਆ ਕੇ ਇੱਥੇ ਕੁਛ ਅਲਫਾਜ਼ ਬੋਲੇ ਸਨ ਉਹ ਅੰਗਰੇਜ਼ ਚਾਹੁੰਦਾ ਸੀਗਾ ਕਿ ਸਰਦਾਰ ਉੱਠ ਕੇ ਮੈਨੂੰ ਸਲਾਮ ਕਰੇ ਸਰਦਾਰ ਨੇ ਕਿਹਾ ਅਸੀਂ ਖੁਦ ਸਰਦਾਰ ਤੂੰ ਬਾਹਰੋਂ ਆਇਆ ਪਰਦੇਸੀ ਤੂੰ ਕੌਣ ਹੈ ਮੈਂ ਤੈਨੂੰ ਬਿਲਕੁਲ ਨਹੀਂ ਸਲਾਮ ਕਰਾਂਗਾ ਨਾ ਮੈਂ ਤੇਰੇ ਵਾਸਤੇ ਉੱਠਾਂਗਾ ਅਲਬੱਤਾ ਤੂੰ ਮੇਰੇ ਪੈਰਾਂ 'ਚ ਝੁੱਕ ਕੇ ਸਲਾਮ ਕਰ ਮੈਨੂੰ ਸਤਿ ਸ਼੍ਰੀ ਅਕਾਲ ਆਖ ਮੈਂ ਉਸਨੇ ਉਸ ਟਾਈਮ ਇਹਨਾਂ ਨੂੰ ਸਿੱਕਾ ਰਾਜੁਲ ਵਕਤ 1000 ਰੁਪਇਆ ਜੁਰਮਾਨਾ ਕੀਤਾ 1000 ਰੁਪਇਆ ਮੂੰਹ ਨਾਲ ਕਹਿਣਾ ਸੌਖਾ ਹੈ ਜਦਕਿ ਪੈਸੇ ਦੀ ਇਹ ਵੈਲਿਊ ਸੀ ਕਿ 1 ਲੱਖ ਰੁਪਇਆ ਜਿਹੜਾ ਹੈ ਉਸਦੀ ਛਾਂ 'ਤੇ ਕੁੱਤਾ ਬਹਿੰਦਾ ਹੁੰਦਾ ਸੀ ਇੰਨੇ ਉਸ ਟਾਈਮ ਦਾ 1000 ਰੁਪਇਆ ਤੁਸੀਂ ਖੁਦ ਸੋਚਿਓ ਤਾਂ ਉਹਨਾਂ ਨੇ ਸਹੀ ਨਹੀਂ ਕੀਤੀ ਉਹਨਾਂ ਕਿਹਾ ਇਹ ਚੁੱਕ 'ਤੇ ਦੌੜ ਜਾ ਤੈਨੂੰ ਸਰਦਾਰ ਸਲਾਮ ਨਹੀਂ ਕਰੇਗਾ
ਔਰ ਇਹ ਵੀ ਦੱਸਿਆ ਜਾਂਦਾ ਕਿ ਵੀ ਉਹ ਪੂਰਾ ਪਿੰਡ ਜਦੋਂ ਇਕੱਠਾ ਹੋਇਆ ਸੀ ਉਹਦੇ ਅੰਗਰੇਜ਼ ਦੇ ਆਉਣ ਦੇ ਉੱਤੇ, ਉਹ ਜਦੋਂ ਸਰਪੰਚ ਜੀ ਨੇ ਕਿਹਾ ਅਤੇ ਸਰਦਾਰ ਸ਼ਾਮ ਸਿੰਘ ਸੰਧੂ ਜੀ ਨੇ ਕਿਹਾ ਕਿ ਵੀ ਤੁਸੀਂ ਜਾਓ ਆਪਣੇ ਆਪਣੇ ਘਰਾਂ ਨੂੰ ਮੁੜ ਜਾਓ, ਅਤੇ ਉਹਨੂੰ ਵੈਲਕਮ ਕਹਿਣ ਵਾਸਤੇ ਜਾਂ ਉਹਨੂੰ ਜੀ ਆਇਆਂ ਨੂੰ ਕਹਿਣ ਵਾਸਤੇ ਉੱਥੇ ਕੋਈ ਨਹੀਂ ਸੀ। ਇਸ ਗੱਲ ਦੇ ਉੱਤੇ ਹੀ ਜਿਹੜਾ ਹੈ ਉਹਨੂੰ ਅੰਗਰੇਜ਼ ਸਰਕਾਰ ਨੂੰ ਬਹੁਤ ਗੁੱਸਾ ਆਇਆ ਔਰ ਉਹਨੇ 1000 ਰੁਪਇਆ ਸਿੱਕਾ ਰਾਜੁਲ ਵਕਤ ਦੱਸਿਆ ਜਾਂਦਾ ਜੀ। ਸਰਦਾਰ ਸ਼ਾਮ ਸਿੰਘ ਸੰਧੂ ਜੀ ਨੇ ਇੱਥੇ ਬੜੇ ਘੋੜੇ ਛੋੜੇ ਪਾਲ ਰੱਖੇ ਸੀ ਔਰ ਉਹਨਾਂ ਨੇ ਜਦੋਂ ਪਾਰਟੀਸ਼ਨ ਹੋਈ ਹੈ ਤਾਂ ਉਸ ਤੋਂ ਬਾਅਦ ਉਹ ਘੋੜੇ ਲੈਣ ਲਈ ਵੀ ਆਏ ਸੀ, ਲੇਕਿਨ ਉਹਨਾਂ ਨੂੰ ਇੱਕ ਘੋੜੀ ਹੀ ਮਿਲੀ ਉਸ ਤੋਂ ਬਾਅਦ, ਕਿਉਂਕਿ ਵੰਡ ਹੋ ਗਈ ਸੀ ਔਰ ਜਾਨਵਰ ਪਸ਼ੂ ਸਾਰੇ ਚੀਜ਼ਾਂ ਜਿਹੜੀਆਂ ਸਨ ਉਹ ਵਿਖਰ ਗਈਆਂ ਸਨ। ਉਸ ਦੇ ਬਾਰੇ ਸਾਡੇ ਬਜ਼ੁਰਗ ਜਿਹੜਾ ਦੱਸਦੇ ਨੇ ਜੀ, ਉਹ ਇਹ ਹੈ ਕਿ ਅੰਗਰੇਜ਼ ਜਿਸਲੇ ਆਇਆ ਉਸਨੇ ਹੈਂਕੀ ਪੈਂਕੀ ਦਿਖਾਈ ਅਤੇ ਪਿੰਡ ਸਾਰਾ ਇਕੱਠਾ ਹੋ ਗਿਆ ਜੀ ਜੀ। ਜਦ ਸਰਦਾਰ ਉਹਨਾਂ ਨੇ ਕਿਹਾ ਨਹੀਂ ਵੀ ਇਹ ਪਰਦੇਸੀ ਹੈ ਅਤੇ ਇਸਨੇ ਕਿਹਾ ਕਹਿਣਾ ਹੈ ਕਿ ਮੈਂ ਲੁੱਟਿਆ ਗਿਆ ਅਤੇ ਸ਼ਾਮ ਸਿੰਘ ਦੀ ਸ਼ਾਨ ਜੇ ਖਿਲਾਫ ਹੈਗਾ, ਲਿਆਦਾ ਇਹਨੂੰ ਕੁਛ ਨਹੀਂ ਕਹਿਣਾ, ਜਾ ਦੌੜ ਜਾ ਇਹ 1000 ਰੁਪਏ 'ਚੋਂ ਉਹ ਚਲਾ ਗਿਆ। ਜਿਸ ਟਾਈਮ ਮਾਈਗ੍ਰੇਟ ਹੋ ਗਏ ਉਹਨਾਂ ਦੇ ਮਾਲ ਪਸ਼ੂ, ਅੱਛਾ ਅੱਛਾ, ਇਹ ਉਹਨਾਂ ਦਾ ਸ਼ੌਕ ਹੁੰਦਾ ਸੀ, ਇਹ ਮਾਝੇ ਦਾ ਏਰੀਆ ਮੱਝਾਂ ਉਹਨਾਂ ਦੀਆਂ ਬੇਬਹਾ, ਘੋੜੇ ਰੰਗ ਬਿਰੰਗੇ ਤੁਰਕੀਆਂ ਨਸਲ ਤੱਕ ਦੇ ਘੋੜੇ ਉਹਨਾਂ ਕੋਲ ਇੱਥੇ ਹੁੰਦੇ ਸਨ, ਫਿਰ ਉਹਨਾਂ ਨੇ ਸ਼ਾਹ ਸਵਾਰ ਰੱਖੇ ਹੁੰਦੇ ਸਨ ਜੀ ਬਿਲਕੁਲ, ਜਿਹੜੇ ਕਿ ਉਹਨਾਂ ਦੀ ਪਰਵਰਿਸ਼ ਤਰਬੀਅਤ ਕਰਦੇ ਹੁੰਦੇ ਸਨ। ਹਾਂਜੀ, ਜਿਸ ਟਾਈਮ ਉਹ ਚਲੇ ਗਏ ਉਸ ਟਾਈਮ ਇੱਥੋਂ ਦੇ ਲੋਕਾਂ ਨੇ ਅਤੇ ਮਾਈਗ੍ਰੇਟ ਜਿਹੜੇ ਹੋ ਕੇ ਆਏ ਉਹਨਾਂ ਨੇ ਆਪਣੀ ਜ਼ਰੂਰੀਅਤ ਦੇ ਮੁਤਾਬਕ ਉਹਨਾਂ ਜਾਨਵਰਾਂ ਨੂੰ ਸੋਹਣੇ ਤੋਂ ਸੋਹਣਾ ਵੇਖ ਕੇ ਅਤੇ ਫੜਦੇ ਗਏ ਅਤੇ ਵੇਚ ਕੇ ਅਤੇ ਆਪਣਾ ਗੁਜ਼ਾਰਾ ਬਣਾਉਂਦੇ ਗਏ। ਲੇਕਿਨ ਜਿਸ ਟਾਈਮ ਉਹ ਵਾਪਸ ਆਇਆ ਉਸ ਟਾਈਮ ਕਿਉਂਕਿ ਲੇਟ ਆਏ, ਹਾਂਜੀ, ਫਿਰ ਉਹਨਾਂ ਨੂੰ ਕੁਛ ਨਹੀਂ ਮਿਲਿਆ। ਕਹਿ ਰਹੇ ਸੀ ਕਿ ਇੱਕ ਘੋੜੀ ਜਿਹੜੀ ਹੈ ਉਹ ਲੈ ਕੇ ਗਏ ਸਨ ਆਪਣੀ, ਜਿਹੜੀ ਉਹਨਾਂ ਦੀ ਮਨਪਸੰਦ ਘੋੜੀ ਸੀ ਉਹ ਅਮਾਨਤਨ ਕਿਸੇ ਕੋਲ ਸੀ, ਉਹ ਨਹੀਂ ਸੀਗੀ, ਉਹ ਉਹਨਾਂ ਕੋਲ ਰਹੀ ਹੈਗੀ ਹੈ, ਉਹ ਜੀ ਸੱਕਿਆਂ ਦਾ ਘਰ ਸੀਗਾ ਜਿੱਥੇ ਉਹਨਾਂ ਦੇ ਕੋਲ। ਅੱਛਾ ਅੱਛਾ, ਸੱਕਿਆਂ ਦਾ ਘਰ ਸੀ, ਸੱਕੇ ਜਿਹੜੇ ਪਾਣੀ ਪੂਣੀ। ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ। ਦੱਸ ਦਿੰਦੇ ਕਿ ਜਿਹੜੇ ਪਿੰਡ ਦੇ ਮਾਛੀ ਸਨ ਉਹਨਾਂ ਦੇ ਕੋਲ ਜਿਹੜੀ ਹੈ ਉਹ ਘੋੜੀ ਸੀ ਔਰ ਉਹਨਾਂ ਕੋਲੋਂ ਫਿਰ ਉਹ ਆਪਣੀ ਘੋੜੀ ਲੈ ਕੇ ਗਏ ਨੇ। ਅਤੇ ਇੱਕ ਗੱਲ ਹੋਰ ਜਿਹੜੀ ਹੈ ਕਿ ਵਿਸਾਰਨ ਦੀ, ਪੰਜਾਬ ਜਦੋਂ ਵੀ ਵਿਸਰਿਆ ਜਾਂ ਜਿੱਥੇ ਵੀ ਪੰਜਾਬ ਨੂੰ ਲੋਕਾਂ ਨੇ ਵੰਡ ਕੀਤੀ ਹੈ ਉੱਥੇ ਤਕਲੀਫ ਵੀ ਹੋਈ ਹੈ, ਬੜੇ ਬੜੇ ਮਾਂ ਨੇ ਜੰਮੇ ਹੋਏ ਸੂਰਮੇ ਜਿਹੜੇ ਨੇ ਉਹਨਾਂ ਨੂੰ ਕੁਰਲਾ ਕੁਰਲਾ ਕੇ ਰੋਣ ਦੇ ਉੱਤੇ ਮਜਬੂਰ ਕੀਤਾ ਔਰ ਦੱਸਿਆ ਜਾਂਦਾ ਕਿ ਸਰਦਾਰ ਜਦੋਂ ਇੱਥੋਂ ਘੋੜੀ ਨੂੰ ਏੜ ਲਾਉਣ ਲੱਗਾ ਤਾਂ ਇੱਥੋਂ ਬੜੀ ਉੱਚੀ ਉੱਚੀ ਰੋਂਦਾ ਹੋਇਆ ਆਪਣੇ ਵਾਪਸ ਅੰਮ੍ਰਿਤਸਰ ਨੂੰ ਗਿਆ। ਔਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਕਿ ਸਰਦਾਰ ਜੀ ਇੱਥੋਂ ਜਦੋਂ ਗਏ ਨੇ ਤਾਂ ਉਹ ਗਏ ਨੇ ਅੰਮ੍ਰਿਤਸਰ ਔਰ ਅੰਮ੍ਰਿਤਸਰ ਦੇ ਕੋਲ ਸੀ ਪਿੰਡ ਚਮਿਆਰੀਆਂ, ਚਮਿਆਰੀਆਂ ਦੇ ਵਿੱਚ ਜਾ ਕੇ ਉਹਨਾਂ ਨੂੰ 500 ਵੀਘਾ ਜ਼ਮੀਨ ਮਿਲੀ, ਯਾਨੀ ਕਿ 1100 ਤੋਂ ਹਾਫ ਵੀ ਜਿਹੜੀ ਹੈ। ਮੈਂ ਫਿਰ ਇੱਕ ਵਾਰੀ ਕਹਾਂਗਾ ਅਗਰ ਕਿਸੇ ਨੂੰ ਬੁਰਾ ਲੱਗਦਾ ਹੈ, ਸੱਚ ਜਿਹੜਾ ਮੈਂ ਪਹਿਲੇ ਕਿਹਾ ਖੋਰੇ ਸੱਚ ਨੇ, ਖੋਰੇ ਸੱਚ ਦਾ ਮਤਲਬ ਹੀ ਇਹੀ ਨਾ ਕਿ ਬਿਟਰ ਟਰੁੱਥ, ਸੱਚ ਉਹੀ ਹੁੰਦਾ ਜੋ ਸੱਚ ਹੁੰਦਾ। ਗਾਂਧੀ ਜੀ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਸੀਂ ਜਿਹੜੇ ਲੋਕ ਇੱਧਰੋਂ ਮਾਈਗ੍ਰੇਟ ਕਰਕੇ ਜਾਣਗੇ ਉਹਨਾਂ ਨੂੰ ਸੇਮ ਲੈਂਡ ਉੱਧਰ ਜਿਹੜੀ ਹੈ ਅਲੋਟ ਕਰ ਦਿੱਤੀ ਜਾਏਗੀ, ਲੇਕਿਨ 1947 ਦੇ ਐਂਡ ਦੇ ਵਿੱਚ ਗਾਂਧੀ ਜੀ ਆਪਣੀ ਜ਼ੁਬਾਨ ਤੋਂ ਫਿਰ ਗਏ ਸਨ ਔਰ ਉਹਨਾਂ ਨੇ ਲੋਕਾਂ ਨੂੰ ਹਾਫ ਤੋਂ ਵੀ ਘੱਟ ਜ਼ਮੀਨਾਂ ਦਿੱਤੀਆਂ। ਉਹਦੀ ਇੱਕ ਹੋਰ ਜ਼ਿੰਦਾ ਮਿਸਾਲ ਜਿਹੜੀ ਹੈ ਸਰਦਾਰ ਸ਼ਾਮ ਸਿੰਘ ਸੰਧੂ ਕਾਮਰੇਡ ਜੀ ਨੇ, ਜਿਨ੍ਹਾਂ ਨੂੰ ਜਾ ਕੇ 500 ਵੀਘੇ ਲੈਂਡ ਮਿਲੀ ਸੀ ਔਰ ਉਸ ਤੋਂ ਬਾਅਦ ਉਹਨਾਂ ਨੂੰ ਇੱਕ ਵਾਰੀ ਔਫਰ ਵੀ ਹੋਈ ਹੈ ਕਿ ਵੀ ਮਿਨਿਸਟਰੀ ਦੀ ਵੀ, ਕਿ ਤੁਸੀਂ ਮਿਨਿਸਟਰੀ ਦੇ ਇਲੈਕਸ਼ਨ ਵਿੱਚ ਲੜੋ ਔਰ ਜਿੱਤਣ ਤੋਂ ਬਾਅਦ ਤੁਸੀਂ ਜਿਹੜਾ ਤੁਸੀਂ ਮਿਨਿਸਟਰ ਬਣ ਜਾਵੋ, ਲੇਕਿਨ ਉਹਨਾਂ ਨੇ ਉਹ ਔਫਰ ਵੀ ਠੁਕਰਾ ਦਿੱਤੀ ਸੀ ਔਰ ਉਸ ਤੋਂ ਬਾਅਦ ਉਹਨਾਂ ਦੇ ਪੰਜਾਬ ਦੇ ਜਿਹੜੇ ਇੱਕ CM ਨੇ ਪੁਰਾਣੇ, ਉਹ ਵੀ ਜਿਹੜੇ ਨੇ ਮਹਿਤਾਬ ਸਿੰਘ ਜਿਹੜੇ ਨੇ ਉਹਨਾਂ ਦੇ ਬੜੇ ਕਰੀਬੀ ਦੋਸਤ ਸਨ, ਉਹ ਜਾ ਕੇ ਚੀਫ ਮਿਨਿਸਟਰ ਵੀ ਬਣੇ ਸਨ, ਲੇਕਿਨ ਉਹਨਾਂ ਨੇ ਆਪਣੀ ਜਿਹੜੀ ਆਨ ਬਾਨ ਜਾਂ ਸ਼ਾਨ ਜਿਹੜੀ ਪਾਕਿਸਤਾਨ ਪੰਜਾਬ ਜਾਣੀ ਕਿ ਇਸ ਵੇਲੇ ਜਿਹੜੇ ਪਿੰਡ ਪੰਗਾਲੀ ਦੇ ਅੰਦਰ ਸੀ ਉਹ ਉਹਨਾਂ ਨੇ ਬਰਕਰਾਰ ਰੱਖੀ ਔਰ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਕੰਮ ਪਸੰਦ ਨਹੀਂ ਹੈ। ਅੱਜ ਉਹਨਾਂ ਦੇ ਜਿਹੜੇ ਪੜਪੋਤੇ ਜਿਹੜੇ ਨੇ ਸਰਦਾਰ ਜੋਤ ਸਿੰਘ ਸੰਧੂ ਜੀ ਜਿਹੜੇ ਨੇ ਉਹ ਹਾਲ ਮੁਕਾਮ ਆਸਟ੍ਰੇਲੀਆ ਬੈਠੇ ਹੋਏ ਨੇ, ਉਹਨਾਂ ਦੇ ਕਜ਼ਨਸ ਵੀ ਹੋਰ ਜਿਹੜੇ ਨੇ ਉਹ ਆਸਟ੍ਰੇਲੀਆ ਬੈਠੇ ਹੋਏ ਨੇ, ਉਹ ਮੇਰੇ ਦੋਸਤ, ਉਹਨਾਂ ਨੇ ਕਿਹਾ ਕਿ ਅਸੀਂ ਆਪਣੇ ਫੋਰ ਫਾਦਰਸ ਦੀ ਲੈਂਡ ਨੂੰ ਦੇਖਣਾ ਚਾਹੁੰਦੇ ਹਾਂ, ਲੇਕਿਨ ਅਰਬਨਾਈਜੇਸ਼ਨ ਦੇ ਥਰੂ ਔਰ ਬਿਗ ਸਿਟੀ ਕਰੀਬ ਹੋਣ ਦੇ ਥਰੂ ਬਾਹਰੋਂ ਜਿਹੜਾ ਇੱਥੇ ਬਹੁਤ ਜ਼ਿਆਦਾ ਸਾਰੀ ਜਿਹੜੀ ਹੈ ਉਹ ਅਰਬਨਾਈਜੇਸ਼ਨ ਹੋ ਚੁੱਕੀ ਹੈ, ਇੱਥੇ ਹੁਣ ਘਰ ਕੋਈ ਬਾਕੀ ਨਹੀਂ ਰਿਹਾ, ਪੁਰਾਣੇ ਲੋਕ ਬਾਕੀ ਨਹੀਂ ਰਹੇ, ਉਹ ਗਲੀਆਂ ਨਹੀਂ ਰਹੀਆਂ, ਉਹ ਬਾਤਾਂ ਨਹੀਂ ਰਹੀਆਂ, ਸਮਝ ਲਓ ਕਿ ਹਰ ਚੀਜ਼ ਜਿਹੜੀ ਹੈ ਉਹ ਬਦਲ ਗਈ ਹੈ। ਮੈਂ ਮਾਫੀ ਚਾਹਾਂਗਾ ਕਿ ਮੈਂ ਉਸ ਹਿਸਾਬ ਦੇ ਨਾਲ ਰਿਸਰਚ ਨੂੰ ਮੈਂ ਸਾਹਮਣੇ ਨਹੀਂ ਲੈ ਕੇ ਆ ਸਕਿਆ ਜਿਸ ਤਰ੍ਹਾਂ ਮੈਂ ਚਾਹੁੰਦਾ ਸੀ, ਜਿਸ ਤਰ੍ਹਾਂ ਮੈਂ ਹਰ ਪਿੰਡ ਵਿੱਚ ਜਾਂਦਾ ਸਾਂ, ਹਰ ਬਜ਼ੁਰਗ ਨਾਲ ਜਾ ਕੇ ਗੱਲ ਕਰਦਾ ਸਾਂ ਔਰ ਉਹਨਾਂ ਦੀਆਂ ਗੱਲਾਂ ਜਿਹੜੀਆਂ ਸਨ ਮੈਂ ਪੁੱਛਦਾ ਸਾਂ ਔਰ ਮੈਂ ਪੁੱਛ ਕੇ ਤੁਹਾਡੇ ਕੋਲ ਲੈ ਕੇ ਆਉਂਦਾ ਸਾਂ ਉਹ ਗੱਲਾਂ, ਲੇਕਿਨ ਮੈਨੂੰ ਇਹ ਫਿਰ ਵੀ ਇਹਨਾਂ ਨੇ ਫਾਰੂਕ ਸਾਹਿਬ ਨੇ ਕਾਫੀ ਬਿਹਤਰ ਉਹਨਾਂ ਦੇ ਮੁਤਲਕ ਮੈਨੂੰ ਦੱਸਿਆ। ਅਤੇ ਤੁਸੀਂ ਮੈਨੂੰ ਦੱਸੋ ਕਿ ਵੀ ਇਹ ਪਿੰਡ ਜਦੋਂ ਕੀ ਦੱਸਦੇ ਨੇ ਵੱਡੇ, ਜਦੋਂ 47 ਗੁਜ਼ਰਿਆ ਤਾਂ ਉਸ ਤੋਂ ਬਾਅਦ ਪਿੰਡ ਦੇ ਉੱਤੇ ਕੀ ਬੀਤੀ ਸੀ, ਕਿਉਂਕਿ ਇੱਥੇ ਵੱਡੇ ਦੇ 5-6 ਘਰ ਇਹਨਾਂ ਦੇ ਸੀ,
ਉਸ ਤੋਂ ਇਲਾਵਾ ਤਾਂ ਬਾਕੀ ਲੋਕ ਜਿਹੜੇ ਸਨ ਮਾੜੇ ਘਰਾਂ ਦੇ ਸਨ। ਇਹ ਕਿਸ ਤਰ੍ਹਾਂ ਹੁਣ ਅੱਜ ਕੱਲ੍ਹ ਜਿਹੜਾ ਅਵਾਨਾਂ ਦੇ ਨਾਮ ਤੋਂ ਬਹੁਤ ਜ਼ਿਆਦਾ ਮਸ਼ਹੂਰ ਹੈ, ਇਹ ਅਵਾਨ ਕਿੱਥੋਂ ਮਾਈਗ੍ਰੇਟ ਹੋ ਕੇ ਆਏ ਨੇ, ਹੋਰ ਜਿਹੜੇ ਲੋਕ ਨੇ ਇੱਥੇ ਕਾਫੀ ਲੋਕ ਨੇ, ਇਹ ਕਿਹੜੀ ਕਿਹੜੀ ਜਗ੍ਹਾ ਦੇ ਮਾਈਗ੍ਰੇਟ ਨੇ ਇੱਥੇ? ਇੱਥੇ ਜੀ ਆਏ ਨੇ ਜ਼ਿਆਦਾਤਰ ਪੰਜਾਬ ਦੇ ਇੱਥੇ ਪਹੁੰਚੇ ਨੇ, ਅਵਾਨ ਜਿਹੜੇ ਆ ਹੁਸ਼ਿਆਰਪੁਰ ਚੋਂ ਆਏ ਆ ਜੀ। ਅੱਛਾ, ਹੁਸ਼ਿਆਰਪੁਰ ਤੋਂ? ਤਹਿਸੀਲ ਦਸੂਹਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਪਿੰਡ ਬਹਿਗਵਾਲ ਛੰਨੀਆਂ, ਉੱਥੇ ਅਵਾਨ ਦੇ 85 ਪਿੰਡ ਸੀ ਜਿਹੜੇ ਇੱਥੇ। ਅੱਛਾ, ਹਾਂ ਜੀ ਬਿਲਕੁਲ, ਇਹ ਜਿਹੜਾ ਤੁਸੀਂ ਦੱਸ ਰਹੇ ਹੋ ਨਾ ਛੰਨੀਆਂ, ਛੰਨੀਆਂ ਦੀ ਰਿਸਰਚ ਇੱਕ ਮੈਂ ਲੈ ਕੇ ਆਇਆ ਸੀ ਹਰੀ ਸਿੰਘ ਆਲਾ ਤੋਂ। ਹਰੀ ਸਿੰਘ ਆਲਾ ਤੋਂ ਦੋ ਬਜ਼ੁਰਗਾਂ ਨੇ ਦੱਸਿਆ ਸੀ ਕਿ ਵੀ ਸਾਡੀ ਉੱਥੇ ਬੜੀ ਅੱਛੀ ਲੈਂਡ ਸੀ, ਇਹ ਉਹ ਦਰਿਆ ਦੇ ਕਿਨਾਰੇ ਸਾਡਾ ਪਿੰਡ ਵਸਦਾ ਸੀ, ਬਿਆਸੇ ਦੇ ਕੰਢੇ ਦੇ ਉੱਤੇ ਰਹਿੰਦੇ ਸੀ, ਸਾਡੇ ਉੱਥੇ ਤਕਰੀਬਨ ਕਿੰਨੇ 85 ਪਿੰਡ ਜਿਹੜਾ ਦੱਸਿਆ ਜਾਂਦਾ, ਉੱਥੋਂ ਜਿਹੜੇ ਲੋਕ ਉੱਜੜ ਕੇ ਆਏ ਸਨ ਉਹਨਾਂ ਨੂੰ ਰਕਵੇ ਇੱਥੇ ਪਏ ਸਨ। ਅਤੇ ਤੁਸੀਂ ਅੱਗੇ ਦੱਸੋ ਜੀ, ਉਹ ਦੱਸ ਰਹੇ ਸੀ ਕਿ ਵੀ ਉੱਥੋਂ ਸਾਰੇ ਜਿਹੜੇ ਅਵਾਨ ਨੇ ਸਾਰੇ ਉਹ ਇੱਥੇ ਆਏ, ਉਹ ਇੱਥੇ ਆ ਜੀ। ਇੱਥੋਂ ਦੇ ਗਰੀਬ ਤਬਕਾ ਲੋਕ ਜਿਹੜੇ ਸਨ ਨਾ ਜੀ, ਜੀ ਜਿਸ ਟਾਈਮ ਸਰਦਾਰ ਚਲੇ ਗਏ ਨਹੀਂ ਜੀ, ਉਸ ਤੋਂ ਬਾਅਦ ਇਹਨਾਂ ਗਰੀਬਾਂ ਨੂੰ ਛੱਡ ਕੇ ਸਰਦਾਰਾਂ ਦੇ ਘਰ ਨੂੰ ਵੀ ਲੁੱਟ ਪਾਈ ਗਈ ਹੈ। ਅੱਛਾ 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 ਅੱਛਾ, ਕਿ ਸਰਦਾਰ ਪਤਾ ਨਹੀਂ ਕੀ ਕੁਛ ਇੱਥੇ ਛੱਡ ਕੇ ਗਏ, ਉਹਨਾਂ ਦੇ ਘਰਾਂ ਦੀ ਖੋਲਾ ਫਾਲੀ ਸਾਰੀ ਉਹਨਾਂ ਨੇ ਟੋਏ ਮਾਰ ਕੇ ਕਿਤੇ ਖਜ਼ਾਨਾ ਦੱਬਿਆ ਦੇ, ਉਹ ਜੋ ਕੁਛ ਸੀਗਾ ਉਹ ਇਹੀ ਜਿਹੜੇ ਇੱਧਰੋਂ ਜਾਣ ਵਾਲੇ ਪਿੱਛੋਂ ਸਰਦਾਰ ਜਿਹੜੇ ਆਉਂਦੇ ਰਹੇ ਆ, ਹਿੰਦੂ ਜਿਹੜੇ ਆ ਔਰ ਹਿੰਦੂਆਂ ਦੇ ਵਰਗਲਾਵੇ ਜਾਣਗੇ, ਸਰਦਾਰ ਉੱਧਰ ਗਏ ਨਹੀਂ ਤਾਂ ਕਹਿ ਰਿਹਾ ਸਮਝਾ ਕੇ ਲੱਗਦੇ, ਸਿੱਖਾਂ ਦਾ ਤਾਂ ਮੁਸਲਮਾਨਾਂ ਦਾ ਪਿਆਰ ਹੀ ਬਹੁਤ ਸੀਗਾ ਜੀ। ਅਤੇ ਸਰਦਾਰਾਂ ਨੇ ਉੱਥੇ ਕਿੱਦਾਂ ਸਰਦਾਰ ਸ਼ਾਮ ਸਿੰਘ 500 ਵੀਘਾ ਲੈ ਕੇ ਰਹਿਣ, ਕਿਉਂ ਜਿਹੜੀ ਚੱਸ ਆਪਣੇ ਚਵਾਰੇ ਉਹ ਨਾ ਬਲਖ ਨਾ ਬੁਖਾਰੇ, ਕਿਉਂਕਿ ਇੱਥੇ ਉਹਨਾਂ ਦੀ ਚੱਸ ਸੀਗੀ, ਉੱਥੇ ਉਹਨਾਂ ਨੂੰ ਚੱਸ ਨਹੀਂ ਆਈ, ਉਹਨਾਂ ਕਨੇਡਾ ਹੀ ਜਾਣਾ ਸੀ ਔਲਾਦ ਨੂੰ ਲੈ ਕੇ। ਗੱਲ ਤਾਂ ਉਹੀ ਹੈ, ਇਹੀ ਗੱਲ ਆ ਰਹੀ ਹੈ ਜਿਹੜੀ ਗੱਲ ਮੈਂ ਹਰ ਵੀਡੀਓ 'ਚ ਕਹਿੰਦਾ ਵਾਂ ਕਿ ਜਿਹੜੇ ਲੋਕ ਵੈਸਟ ਪੰਜਾਬ ਤੋਂ ਉਜੜ ਕੇ ਜਦੋਂ ਈਸਟ ਪੰਜਾਬ ਵੱਲ ਗਏ ਨੇ ਅਤੇ ਉਹਨਾਂ ਦਾ ਜੀ ਉੱਥੇ ਵੀ ਨਹੀਂ ਲੱਗਾ ਔਰ ਉਹ ਆਸਤਾ ਆਸਤਾ ਵਿਸਰਨ ਲੱਗ ਪਏ ਨੇ, ਲੋਕ ਉਹਨਾਂ ਦੀਆਂ ਯਾਦਾਂ ਜਿਹੜੀਆਂ ਨੇ ਜਾਂ ਉਹਨਾਂ ਦੇ ਅਣਮੁੱਲੇ ਜਿਹੜੇ ਬਾਤਾਂ ਨੇ ਉਹ ਉਹਨਾਂ ਨੂੰ ਉੱਥੇ ਜਾ ਕੇ ਨਹੀਂ ਮਿਲੀਆਂ ਜਿਹੜੇ ਲੋਕ ਇੱਥੋਂ ਉਜੜ ਕੇ ਗਏ ਸਨ, ਅਤੇ ਇੱਕ ਜਗ੍ਹਾ ਤੋਂ ਉਜੜੇ ਤਾਂ ਉਹਨਾਂ ਨੇ ਕਿਹਾ ਦੂਸਰੀ ਜਗ੍ਹਾ 'ਤੇ, ਦੂਸਰੀ ਜਗ੍ਹਾ ਤੋਂ ਵੀ ਉਹ ਤੀਸਰੀ ਜਗ੍ਹਾ ਦੇ ਉੱਤੇ ਪਹੁੰਚ ਕੇ ਬਾਹਰ ਕਹਿ ਫਿਰ ਕਹਾਂਗਾ ਵੰਡ ਨੇ ਜਿਹੜਾ ਹੈ ਪੰਜਾਬੀਆਂ ਦੇ ਸੀਨੇ 'ਤੇ ਲੀਕ ਮਾਰੀ ਹੈ, ਪੰਜਾਬ ਦੇ ਉੱਤੇ ਹੀ ਲੀਕ ਵੱਜੀ ਹੈ, ਖੂਨੀ ਲਕੀਰ ਵੱਜੀ ਹੈ, ਸਿਰਫ ਪੰਜਾਬੀਆਂ ਦਾ ਹੀ ਸਾਰਾ ਕੁਛ ਗਿਆ। ਅਗਰ ਤੁਸੀਂ ਦੇਖੋ ਸਾਰੀਆਂ ਕੌਮਾਂ ਜਿਹੜੀਆਂ ਨੇ ਆਪਣੇ ਘਰ ਆਪਣੇ ਵਤਨ 'ਚ ਸੁਖੀ ਵੱਸ ਰਹੀਆਂ ਨੇ, ਸਿਰਫ ਇੱਕ ਪੰਜਾਬੀ ਕੌਮ ਐਸੀ ਹੈ ਚਾਹੇ ਉਹ ਕਿਸੇ ਵੀ ਧਰਮ ਦੀ ਸੀ, ਉਹਨਾਂ ਨੂੰ ਇੱਕ ਦੂਜੇ ਨਾਲ ਵਿਸਾਰ ਦਿੱਤਾ ਗਿਆ। ਜਿਸ ਤਰ੍ਹਾਂ ਬਜ਼ੁਰਗਾਂ ਨੇ ਕਿਹਾ ਕਿ ਸਿੱਖਾਂ ਨਾਲ ਤਾਂ ਸਾਡਾ ਕੋਈ ਐਸਾ ਖਾਸ ਇਸ਼ੂ ਵੀ ਨਹੀਂ ਸੀ ਕਿ ਜਿਹੜੀ ਕੋਈ ਐਸਾ ਕੋਈ ਹੁੰਦਾ। ਅੱਛਾ, ਉਹ ਕੋਈ ਦੱਸਦੇ ਨੇ ਕਿ ਪਿੰਡੋਂ ਜਦੋਂ ਲੋਕ ਇੱਥੋਂ ਗਏ ਨੇ ਅਤੇ ਕੋਈ ਕਿਸੇ ਦੇ ਨਾਲ ਕੋਈ ਵਾਧੀ ਘਾਟੀ ਕੋਈ ਕਿਸ ਤਰ੍ਹਾਂ? ਇੱਥੋਂ ਦੇ ਲੋਕਾਂ ਦੇ ਨਾਲ ਜੀ ਕਿਸੇ ਨਾਲ ਨਹੀਂ ਵਾਧੀ ਘਾਟੀ ਹੋਈ, ਸਾਰੇ ਸਰਦਾਰ ਸਰਦਾਰ ਬਖੈਰੀਅਤ ਇੱਥੋਂ ਗਏ ਨੇ, ਲਪੱਤਾ ਸੰਗੀਆਂ ਨੂੰ ਮਿਲਦਿਆਂ ਰੋਂਦਿਆਂ ਗਏ ਨੇ ਕਿ ਵਿਛੋੜਾ ਸਾਡਾ ਪੈ ਗਿਆ। ਪੇਨਫੁਲ ਸਟੋਰੀਜ਼ ਜਿਹੜੀਆਂ ਨੇ ਆਲਵੇਜ਼ ਸਾਹਮਣੇ ਇਹੀ ਗੱਲ ਆਉਂਦੀ ਹੈ ਕਿ ਜਿਹੜਾ ਵੀ ਬੰਦਾ ਗਿਆ ਉਹਨੂੰ ਉੱਥੋਂ ਰਾਜ਼ੀ ਖੁਸ਼ੀ ਕਿਸੇ ਨੇ ਵਿਦਾ ਨਹੀਂ ਕੀਤਾ, ਤਮਾਮ ਲੋਕ ਉਸ ਵੇਲੇ ਦੁਖੀ ਸਨ ਇਸ ਵਾਸਤੇ ਕਿ ਬਜ਼ੁਰਗਾਂ ਦਾ ਸਾਰਿਆਂ ਦਾ ਪਿਆਰ ਹੀ ਆਪਸ ਦੇ 'ਚ ਇੰਨਾ ਜ਼ਿਆਦਾ ਸੀ ਕਿ ਲੋਕ ਸਾਂਝ ਸੀ, ਪਿਆਰ ਸੀ, ਮੁਹੱਬਤ ਸੀ ਇੱਕ ਦੂਜੇ ਦੇ, ਕੀ ਕਹਿੰਦੇ ਨੇ ਕਿ ਹਾੜੀ ਸਨ ਸੰਤਰੇ ਦੀ ਫਾੜੀ ਸਨ, ਕਿਸੇ ਨੂੰ ਜਿਸ ਤਰ੍ਹਾਂ ਸੰਤਰੇ ਦੀਆਂ ਫਾੜੀਆਂ ਇੱਕ ਮਾਲਟੇ ਦੇ ਛਿਲਕੇ ਦੇ ਅੰਦਰ ਬੰਦ ਹੁੰਦੀਆਂ, ਇਸੇ ਤਰ੍ਹਾਂ ਕੌਮਾਂ ਸਾਰੀਆਂ ਇੱਥੇ ਜੁੜੀਆਂ ਹੋਈਆਂ ਸੀ, ਇੱਕ ਦੂਜੇ ਦੇ ਨਾਲ ਰਲ ਮਿਲ ਕੇ ਬੈਠਦੇ ਸਨ, ਪਿਆਰ ਮੁਹੱਬਤ ਸਾਂਝਾ ਸੀ, ਹਰ ਚੀਜ਼ ਸਾਂਝੀ ਸੀ। ਅੱਜ ਪੰਜਾਬ ਵਿਸਰਨ ਦੇ ਨਾਲ 69 ਈਅਰਸ ਤੋਂ ਬਾਅਦ ਜਿਹੜਾ ਤੁਸੀਂ ਦੇਖੋ ਵਿਛੋੜਾ ਇੰਨਾ ਕੁ ਜ਼ਿਆਦਾ ਹੋ ਗਿਆ ਕਿ ਥਰਡ ਜਨਰੇਸ਼ਨ ਨੂੰ ਇਹ ਗੱਲਾਂ ਬਹੁਤ ਅਜੀਬ ਜਿਹੀਆਂ ਲੱਗ ਰਹੀਆਂ। ਜਦੋਂ ਮੈਂ ਗਲੀਆਂ ਮੁਹੱਲਿਆਂ ਦੇ ਵਿੱਚ ਖੋਰੇ 747 ਦੇ ਰਿਕਾਰਡ ਕਰਨ ਵਾਸਤੇ ਜਾਣਾ ਤਾਂ ਲੋਕ ਮੇਰਾ ਮੂੰਹ ਵੇਖਦੇ ਨੇ ਔਰ ਮੇਰੇ ਤੋਂ ਪੁੱਛਦੇ ਨੇ ਕਿ ਭਾਈ ਜਾਨ ਤੁਸੀਂ ਕਿੱਥੋਂ ਆਏ ਹੋ। ਇਹਦਾ ਮਤਲਬ ਹੈ ਕਿ ਇਹ ਗੱਲਾਂ ਤਾਂ ਸਾਡੇ ਇੱਥੇ ਹੁੰਦੀਆਂ ਨਹੀਂ ਹੈ, ਕਿਸੇ ਨੇ ਕੀਤੀਆਂ ਨਹੀਂ ਹੈ, ਤੁਸੀਂ ਕਿਸ ਤਰ੍ਹਾਂ ਕਰ ਰਹੇ ਹੋ? ਐਨੀਵੇ ਜੀ ਫਾਰੂਕ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਸੀਂ ਥੋੜ੍ਹੀ ਜਿਹੀ ਆਪਣੀ ਜਿਹੜੀ ਹੈ ਸਾਂਝ ਪਾਈ ਸਾਡੇ ਦੇ ਨਾਲ, ਜਿਹੜੀਆਂ ਗੱਲਾਂ ਬਾਤਾਂ ਤੁਸੀਂ ਦੱਸੀਆਂ। ਤੁਸੀਂ ਹੋਰ ਕੋਈ ਤੁਸੀਂ ਸਾਨੂੰ ਕੋਈ ਗੱਲ ਜਿਹੜੀ ਹੈ ਸ਼ੇਅਰ ਕਰੋ ਪਿੰਡ ਦੇ ਮੁਤਲਕ, ਜਿਹੜੀ ਕਿ ਤੁਹਾਡੇ ਬਜ਼ੁਰਗਾਂ ਨੇ ਤੁਸੀਂ ਜਾਂ ਤੋਂ ਮੱਲੇਦਾਰਾਂ ਕੋਲੋਂ ਜਾਂ ਤੁਸੀਂ ਕਿਸੇ ਕੋਲੋਂ ਸੁਣਦੇ ਰਹੇ ਹੋ ਕਿ ਵੀ ਇੱਥੇ ਪਿੰਡ ਵਿੱਚ ਕਿਸ ਤਰ੍ਹਾਂ ਇਤਫਾਕ ਸੀ, ਕਿਸ ਤਰ੍ਹਾਂ ਪਿਆਰ ਮੁਹੱਬਤ ਸੀ ਲੋਕਾਂ ਦਾ ਆਪਸ ਦੇ ਵਿੱਚ? ਗੁਜ਼ਾਰਿਸ਼ ਇਹ ਹੈ ਕਿ ਜੀ ਇੱਥੋਂ ਦੇ ਜਿਹੜੇ ਉਹ ਸਰਦਾਰ ਸਨ ਨਾ ਜੀ, ਉਹਨਾਂ ਦੇ ਕੋਲ ਗਰੀਬ ਗੁਰਬਾ ਜਿੰਨੇ ਰਹਿੰਦੇ ਸੀ, ਸਰਦਾਰ ਸੁਖੀ ਰਵੇ ਨਾ ਰਵੇ ਗਰੀਬ ਗੁਰਬਾ ਸੁਖੀ ਹੁੰਦਾ ਸੀ, ਜਿਸ ਵਜ੍ਹਾ ਤੋਂ ਸਰਦਾਰਾਂ ਨਾਲ ਪਿਆਰ ਸੀ ਔਰ ਉਹ ਇੱਕ ਆਵਾਜ਼ ਦਿੰਦੇ ਸਨ ਤਾਂ ਸਭ ਘਰੋਂ ਨਿਕਲ ਕੇ ਬਾਹਰ ਸਰਦਾਰ ਦੀ ਹੁਕਮ। ਅੰਗਰੇਜ਼ ਜਿਸਲੇ ਆਏ ਉਹਦੇ ਨਾਲ ਵੀ ਇਹੀ ਕੰਮ, ਫਿਰ ਉਸ ਤੋਂ ਬਾਅਦ ਜਿਸਲੇ ਉਹ ਵਿਛੜਨ ਲੱਗੇ ਆਏ ਤਾਂ ਉਸ ਲਈ ਵੀ ਇਹੀ ਦੁੱਖ ਅਤੇ ਕੁਰਬ ਲੈ ਕੇ ਇੱਕ ਦੂਸਰੇ ਨਾਲ ਜੁਦਾ ਹੋਏ। ਇਹ ਗੱਲ ਮੈਂ ਤੁਹਾਨੂੰ ਫਿਰ ਇੱਕ ਵਾਰੀ ਦੁਬਾਰਾ ਔਰ ਮੇਰੀ ਰਿਪੀਟ ਹੋ ਰਹੀ ਹੈ ਕਿ ਜਿਹੜਾ ਗਰੀਬ ਦੇ ਸਿਰ 'ਤੇ ਹੱਥ ਰੱਖਣਾ, ਮੇਰੀਆਂ 20 ਵੀਡੀਓ ਜਿਹੜੀਆਂ ਨੇ ਤਮਾਮ ਦੇ ਅੰਦਰ ਇਸ ਚੀਜ਼ ਨੂੰ ਜਿਹੜਾ ਐਗਰੀ ਕੀਤਾ ਗਿਆ ਕਿ ਜਿਹੜਾ ਵੀ ਬੰਦਾ ਕੋਈ ਖਾਂਦਾ ਪੀਂਦਾ ਸੀ ਜਿਸ ਜਗ੍ਹਾ ਦੇ ਉੱਤੇ, ਜਿਹੜਾ ਵੀ ਪੰਜਾਬੀ ਸੀ ਉਹ ਦੂਸਰੇ ਪੰਜਾਬੀ ਦਾ ਪੱਲਾ ਟੱਕਦਾ ਸੀ, ਸਿਰ ਟੱਕਦਾ ਸੀ ਔਰ ਉਹ ਵਕਤ ਹੁਣ ਨਹੀਂ ਰਹੇ।
ਹੁਣ ਉਹ ਸਾਰਾ ਕੁਛ ਨਹੀਂ ਰਿਹਾ, ਲੋਕ ਉਸ ਤਰੀਕੇ ਨਾਲ ਨਹੀਂ ਚੱਲਦੇ ਨੇ। ਸੁਣਿਆ ਕਿ ਈਸਟ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੈ, ਅਰਬਨਾਈਜੇਸ਼ਨ ਦੇ ਥਰੂ ਬਹੁਤ ਜ਼ਿਆਦਾ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਚੇਂਜ ਹੋ ਗਈਆਂ ਨੇ, ਸ਼ਾਇਦ ਸਿਹਤ ਦੀਆਂ ਸਰਦਾਰੀਆਂ ਮੁੱਕ ਗਈਆਂ ਜਾਂ ਉਹ ਲੋਕ ਮੁੱਕ ਗਏ। ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ, ਔਰ ਪੰਜਾਬ ਦੀ ਵੰਡ ਨੂੰ ਲੈ ਕੇ ਫਿਰ ਹਾਜ਼ਰ ਹੋਵਾਂਗਾ ਕਿਸੇ ਹੋਰ ਖੁਰੇ ਸੱਚ ਦੇ ਨਾਲ ਜਾਂ ਕਿਸੇ ਹੋਰ ਖਾਲਸਾ ਰਾਜ ਫੁੱਟਸਟੈਪਸ ਦੇ ਨਾਲ ਦੁਬਾਰਾ ਮੈਂ ਹਾਜ਼ਰ ਹੋਵਾਂਗਾ। ਉਸ ਵਕਤ ਤੱਕ ਮੈਨੂੰ ਦਿਓ ਇਜਾਜ਼ਤ, ਰੱਬ ਰਾਖਾ।